अमृतसर के हलका अटारी के अधीन आते पिंड रामूवाला चीचा करिंडा विखे कैबिनेट मंत्री सरदार गुलजार सिंह रणीके वालों वख-वख पिंडा विच जिम ते सेवा केंद्र का उद्घाटन किया गया, जिस दे चलदे सरदार गुलजार सिंह रणीके ने कहा कि पंजाब के मुख्यमंत्री सरदार प्रकाश सिंह बादल वालों हर वर्ग के लोगों दी सहूलतां नूं मुख रखदिआं 10,000 की आबादी वाले पिंडा च सेवा केंद्र खोले जा रहे ने अते नाल ही नौजवान पीढ़ी नूं नशियां तों मुक्त रखण लई पिंड विच वध तों वध जिम भी खोले जा रहे ने। इस मौके ते सरपंच जरनैल सिंह अते नाल ही बाकी दे पिंडां दे सरपंचां वल्लों सरदार गुलजार सिंह रणीके ते पंजाब सरकार दा तह दिलों धन्नवाद कीता गया। इस मौके ते सरपंच जरनैल सिंह ने कहा कि पंजाब सरकार वल्लों लखां रुपए दीआं लागत नाल बनाए जा रहे जिम अते सुविधा केंद्र च हुण लोकां नूं शहर वालीआं सहूलतां पिंड पद्धर ते ही मुहैया होणगीआं। ਸ੍ਰੀ ਸਾਹਿਬ ਆਏ ਪਿੰਡ ਸੰਜੀਤ ਸਾਡੇ ਪਿੰਡ ਦਾ ਨਾਂ ਰਾਮੂਵਾਲ ਆ, ਮੇਰਾ ਨਾਂ ਜਰਨੈਲ ਸਿੰਘ ਆ। ਰਾਮੂਵਾਲ ਤੋਂ ਸਰਪੰਚ ਆ, ਟਾਰੀ ਬਲਾਕ ਤੋਂ ਮਤਲਬ ਕਿ ਮੰਤਰੀ ਸਾਹਿਬ, ਹਾਂਜੀ ਮੰਤਰੀ ਸਾਹਿਬ ਆਏ। ਹਾਂਜੀ ਗਲੀਆਂ ਨਾਲਿਆਂ ਦਾ ਉਦਘਾਟਨ ਕੀਤਾ, ਕਲੱਬ ਦਾ ਉਦਘਾਟਨ ਕੀਤਾ। ਕਲੱਬ ਸਾਡੇ ਪਿੰਡ ਦਾ ਰਾਮੂਵਾਲ ਦਾ ਪੈਂਠਾਂ ਪਿੰਡਾਂ 'ਚ ਟਾਰੀ ਵਾਲੇ ਸਭ ਤੋਂ ਵੱਡਾ ਮਤਲਬ ਕਹਿ ਗਏ ਆ, ਸਭ ਤੋਂ ਵਧੀਆ ਵੀ ਆ, ਸੋਹਣਾ ਵੀ ਆ। ਉਹਨਾਂ ਜਿੰਮ ਦੇ ਵੀ ਟਰਾਈ ਮਿਹਨਤ ਕੀਤੀ ਆ ਅਤੇ ਬੜਾ ਸੋਹਣਾ। ਸਰਕਾਰ ਵੱਲੋਂ ਜਿਹੜਾ ਨੌਜਵਾਨ ਪੀੜ੍ਹੀ ਨਸ਼ਿਆਂ 'ਚ ਜਾਣ ਲਈ ਸਾਰੇ ਮਤਲਬ ਕਿ ਆਪਣੇ ਸਹੀ ਆ, ਬੜਾ ਕਰਦੇ ਆ ਜਿਹੜਾ ਇਹ ਉਪਰਾਲਾ ਸਾਡੇ ਪਿੰਡ 5-7 ਪਿੰਡਾਂ ਦਾ, ਸਾਨੂੰ ਇਹ ਪਿੰਡ ਚੀਚੇ ਨੂੰ ਸੁਵਿਧਾ ਸੈਂਟਰ ਦਾ ਜੋ ਸਾਡਾ ਮਾਣ ਬਖਸ਼ਿਆ, ਇਹ ਬੜੀ ਲੋੜ ਆ। ਕਿਉਂਕਿ ਕਈ ਪਰਿਵਾਰ ਜਿਹੜੇ ਨੇ ਇਹੋ ਜਿਹੇ ਨੇ ਜਿਹੜੇ ਆਪਣੇ ਰੁਝੇਵਿਆਂ ਕਰਕੇ ਜਾਂ ਹੋਰ ਲਾ ਲਓ ਅਨਪੜ੍ਹਤਾ ਕਰਕੇ ਜਿੱਥੇ ਜਿੱਥੇ ਪਹੁੰਚਣਾ ਚਾਹੀਦਾ ਜਿਹੜੇ ਦਫ਼ਤਰ ਵਿੱਚ ਉਹ ਕੰਮ ਨਹੀਂ ਕਰਾ ਸਕਦੇ। ਇਹ ਸੌਖਾ ਕੰਮ ਹੋ ਗਿਆ, ਬਹੁਤ ਹੀ ਇਸ ਕੰਮ ਲਈ ਮੰਤਰੀ ਸਾਹਿਬ ਦਾ ਧੰਨਵਾਦ ਕਰ। ਮੁਸ਼ਕਲਾਂ ਇਹੋ ਹੀ ਆ ਜੀ, ਮਤਲਬ ਕੋਈ ਰੁਝਾਨ ਵਾਲਾ ਜਿਹੜਾ ਕੋਈ ਮੁੱਖ ਜੀ ਆ ਉਹ ਆਪਣੇ ਕੰਮ ਧੰਦੇ ਚਲਾ ਜਾਂਦਾ, ਦੂਜੇ ਜੀ ਨਹੀਂ ਕੰਮ ਕਰਾ ਸਕਦੇ ਛੋਟੇ ਛੋਟੇ, ਇਹਦਾ ਸਾਨੂੰ ਵਾਧਾ ਆ ਵੀ ਆਪਣਾ ਉਹ ਕੋਈ ਭਰਤੀ ਦੇ ਕਾਗਜ਼ ਨੇ, ਬਾਰਡਰ ਏਰੀਏ ਦੇ ਵਗੈਰਾ ਹੋਰ ਚੀਜ਼ਾਂ ਨੇ, ਨਿੱਕੜ ਛੁੱਕੜ ਜਿਹੜਾ ਸਾਨੂੰ ਚਾਹੀਦਾ। ਮੰਤਰੀ ਸਾਹਿਬ ਦਾ ਤਾਂ ਧੰਨਵਾਦ ਹੀ ਧੰਨਵਾਦ, ਹੁਣ ਕਿੰਨਾ ਕੁ ਕਰੀਏ ਜੀ। ਸਾਡੇ 'ਤੇ ਵੇਖੋ ਮੜੀਆਂ, ਹੋਰ ਚੀਜ਼ਾਂ, ਸਾਂਝ ਕੇਂਦਰ, ਗਲੀਆਂ, ਨਾਲੀਆਂ, ਇਹੋ ਜਿਹੀਆਂ ਗ੍ਰਾਂਟਾਂ ਕਦੀ ਅਸੀਂ ਸੁਣੀਆਂ ਨਹੀਂ। ਸਾਡੀਆਂ ਮੜੀਆਂ ਵੇਖ ਲਓ, 3 ਅਸੀਂ ਦੋਵੇਂ ਪੰਚਾਇਤਾਂ ਰਲ ਕੇ ਅਸੀਂ 3 ਅਤੇ 4 ਮੜੀਆਂ ਅਸੀਂ ਬਣਾਉਣ ਡੇ। 3.5 ਕਿੱਲੇ ਥਾਂ ਸਾਡਾ ਜਿੱਤੀ ਗਈ, ਅਸੀਂ ਪੱਕਾ ਕਰ ਲਿਆ ਆਪਣਾ ਵੱਲ ਲਿਆ। ਹਾਂ ਤਾਂ ਅਸੀਂ ਮੰਤਰੀ ਸਾਹਿਬ ਦਾ ਹਰ ਇੱਕ ਗੱਲੇ ਧੰਨਵਾਦ ਕਰਦੇ। ਮੈਨੂੰ ਡਾਇਰੈਕਟਰ ਨਿਯੁਕਤ ਕੀਤਾ ਗਿਆ, ਜਿੱਥੇ ਮੈਂ ਸਾਰੀ ਸਮੁੱਚੀ ਸਰਕਾਰ ਦਾ ਧੰਨਵਾਦ ਕਰਦਾ ਹਾਂ। ਉੱਥੇ ਰਣੀਕੇ ਸਾਹਿਬ ਦਾ ਰਿਣੀ ਹਾਂ ਮੈਂ, ਕਿਉਂਕਿ ਇਹਨਾਂ ਦੇ ਹਲਕੇ ਦੇ ਵਿੱਚੋਂ ਮੈਨੂੰ ਨੁਮਾਇੰਦਗੀ ਮਿਲੀ। ਔਰ ਅੱਜ ਜਿਹੜਾ ਹੈ ਸਾਡਾ ਜਿਹੜਾ ਇਕੱਠ ਹੋਣ ਲਈ ਜਾ ਰਿਹਾ ਹੈ, ਇਹ ਜਿਹੜਾ ਹੈ 15 ਦਸੰਬਰ ਨੂੰ ਜੋ ਰਾਜ ਪੱਧਰੀ ਪੰਜਾਬ ਸਰਕਾਰ ਵੱਲੋਂ ਜਿਹੜਾ ਹੈ ਸਮਾਗਮ ਕਰਵਾਇਆ ਜਾ ਰਿਹਾ ਹੈ, ਜੋ ਮਸੀਹ ਮਹਾਂ ਸਭਾ ਅਤੇ ਕ੍ਰਿਸਚਨ ਵੈਲਫੇਅਰ ਬੋਰਡ ਦੀ ਅਗਵਾਈ ਦੇ ਵਿੱਚ ਸਰਕਾਰ ਦੇ ਬਹੁਤ ਸਾਰੇ ਨੁਮਾਇੰਦੇ ਦੇ ਵਿੱਚ ਪਹੁੰਚ ਰਹੇ ਆ। ਡਿਪਟੀ ਸੀ ਐਮ ਸਾਹਿਬ ਪਹੁੰਚ ਰਹੇ ਆ, ਮਜੀਠੀਆ ਸਾਹਿਬ ਪਹੁੰਚ ਰਹੇ ਆ, ਰਣੀਕੇ ਸਾਹਿਬ ਪਹੁੰਚ ਰਹੇ ਆ, ਜੋ ਪੰਜਾਬ ਦੇ ਅੰਦਰ ਸਮੁੱਚਾ ਭਾਈਚਾਰਾ ਜਿਹੜਾ ਇਹਦੇ ਵਿੱਚ ਪੂਰੇ ਪੰਜਾਬ ਤੋਂ, ਕਿਉਂਕਿ ਅੱਜ ਸਾਡੀਆਂ ਸਾਰੀਆਂ ਸੰਸਥਾਵਾਂ, ਸਾਡੀਆਂ ਸਾਰੀਆਂ ਮਿਸ਼ਨਾਂ, ਅੱਜ ਸੁਵਿਧਾ ਸੈਂਟਰ ਜਿਹੜੇ ਪੰਜਾਬ ਸਰਕਾਰ ਵੱਲੋਂ ਸੁੱਖ ਸਹੂਲਤਾਂ ਜਿਹੜੀਆਂ ਪਿੰਡਾਂ ਤੇ ਪਹੁੰਚਾਉਣ ਵਾਸਤੇ ਜਿਹੜੀਆਂ ਕਿ ਸ਼ਹਿਰਾਂ ਨੂੰ ਡੀਸੀ ਦਫ਼ਤਰ, ਐਸ ਐਸ ਪੀ ਦਫ਼ਤਰ ਤੇ ਜਾਂ ਹੋਰ ਸਾਰੇ ਦਫ਼ਤਰਾਂ 'ਚ ਜਾਣਾ ਪੈਂਦਾ ਸੀ, ਉਹ ਸਾਰਾ ਤਕਰੀਬਨ ਆਪਣੇ ਟਾਰੀ ਹਲਕੇ 'ਚ 32 ਇਹੋ ਜਿਹੇ ਸੁਵਿਧਾ ਸੈਂਟਰ ਨੇ। ਅੱਜ ਪਹਿਲਾਂ ਚੀਚੇ ਵੀ ਕਰਕੇ ਆਏ, ਫਿਰ ਇੱਥੇ ਇੱਕ ਅਜੇ ਹੋਰ ਆ, ਬਾਕੀ ਤਕਰੀਬਨ 25-30 ਦੇ ਲਗਭਗ ਪਹਿਲਾਂ ਵੀ ਕਰ ਚੁੱਕੇ ਹਾਂ। ਅਤੇ ਉਹ ਸਾਰੀਆਂ ਸਹੂਲਤਾਂ ਜਿਹੜੀਆਂ ਉਹ ਪਿੰਡਾਂ 'ਚ ਆਉਣਗੀਆਂ, ਚਾਹੇ ਉਹ ਪੈਨਸ਼ਨ ਦਾ ਫਾਰਮ ਹੈ, ਸੈਕਿੰਡ ਸਕੀਮ ਦਾ, ਚਾਹੇ ਉਹ ਜਨਮ ਤਰੀਕ ਦਾ ਸਰਟੀਫਿਕੇਟ ਆ, ਪਾਸਪੋਰਟ ਆ, ਲਾਇਸੈਂਸ ਆ, 72 ਦੇ ਲਗਭਗ ਮੱਦਾਂ ਨੇ ਜਿਹੜੀਆਂ ਇਹਦੇ ਵਿੱਚ ਸ਼ਾਮਿਲ ਹੋਣਗੀਆਂ। ਅਤੇ ਮੈਂ ਜਿੱਥੇ ਬਾਲ ਸਾਹਿਬ ਦਾ ਧੰਨਵਾਦ ਕਰਦਾ, ਪੰਜਾਬ ਦੇ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਲ ਸਾਹਿਬ ਦਾ, ਉੱਥੇ ਸਾਰੀਆਂ ਸੰਗਤਾਂ ਨੂੰ ਵਧਾਈ ਦਿੰਦਾ ਕਿ ਉਹ ਇਹ ਬਹੁਤ ਲੰਬੇ ਸਮੇਂ ਤੋਂ ਬਾਅਦ ਪਿੰਡਾਂ ਦੇ ਵਿੱਚ ਆ ਰਹੀਆਂ, ਜਿਹੜਾ ਖੱਜਲ ਖਰਾਬੀਆਂ ਪਰੇਸ਼ਾਨੀਆਂ ਨਿਤਦੀਆਂ ਰਹਿੰਦੀਆਂ ਸੀ, ਔਰ ਹਰ ਦਿਹਾੜੀਦਾਰ ਕਈ ਵਾਰ ਦਿਹਾੜੀ ਤੋੜ ਕੇ ਉੱਥੇ ਜਾਂਦਾ ਸੀ, ਸਮਾਂ ਬਰਬਾਦ ਹੁੰਦਾ ਸੀ, ਪਰ ਵਾਰੀ ਉੱਥੇ ਫਿਰ ਨਹੀਂ ਆਉਂਦੀ। ਹੁਣ ਇੱਥੇ ਆਰਾਮ ਦੇ ਨਾਲ ਹੀ ਉੱਠ ਕੇ ਦਰਖਾਸਤ ਦੇਵੇਗਾ ਅਤੇ ਉਹਦਾ ਟਾਈਮ ਬਾਊਂਡ ਹੋਏਗਾ 15 ਦਿਨ ਦੇ ਵਿੱਚ, 20 ਦਿਨ ਦੇ ਵਿੱਚ। ਅੰਮ੍ਰਿਤਸਰ ਤੋਂ ਹਰਸ਼ ਪੁੰਜ ਦੀ ਰਿਪੋਰਟ, ਜਗਤ ਸੇਵਕ, ਵੈਬ ਟੀਵੀ।